नीले कार्ड कट्टे जान विरुद्ध कांग्रेसी आगुआ ने गरीब परिवारों नूं नाल लैके कीता रोस प्रदर्शन। लुधियाणा विच कांग्रेसी आगुआ वल्लों लोड़बंदां दे नीले कार्ड कट्टे जान दे विरोध विच रोस प्रदर्शन किया गया। इस प्रदर्शन विच गरीब परिवारों ने भी शिरकत की अते पंजाब सरकार विरुद्ध नारेबाजी की। इस मौके ते बोलदिआं कांग्रेसी आगू ममता आशू ने कहा है कि सरकार बिना किसी जांच पड़ताल तो वड्डे पद्धर ते लोकां दे नीले कार्ड बंद कर रही है। उन्होंने मंग की है कि बंद किए गए कार्ड जल्दी चालू किए जाण। ਜਿਹੜਾ ਨੀਲੇ ਕਾਰਡਾਂ ਨੂੰ ਲੈ ਕੇ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਉਹਨਾਂ ਪਰਿਵਾਰਾਂ ਲਈ ਹੈ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ ਆ ਪਿਛਲੇ 10-12 ਸਾਲਾਂ ਤੋਂ। ਕਈ ਤਾਂ ਐਸੇ ਵੀ ਪਰਿਵਾਰ ਹੈ ਜਿਨ੍ਹਾਂ ਨੂੰ 20-20 ਸਾਲ ਦਾ ਰਾਸ਼ਨ ਮਿਲ ਗਿਆ ਸੀਗਾ ਲੇਕਿਨ ਰਾਸ਼ਨ ਹੀ ਨਹੀਂ ਹੈਗਾ ਹੁਣ ਔਰ ਇਹਨਾਂ ਦੇ ਕਾਰਡ ਕੱਟਦੇ ਆ। ਇੱਥੇ ਲੇਡੀਜ਼ ਦੇਖੋ, ਕੋਈ ਵਿਧਵਾ ਆ, ਕਿਸੇ ਦੇ ਛੋਟੇ ਛੋਟੇ ਬੱਚੇ ਆ, ਉਹਨਾਂ ਦੇ ਕਾਰਡ ਕੱਟਦੇ ਆ। ਅੱਜ ਮੈਂ ਸਪੈਸ਼ਲ ਇਸ ਏਰੀਏ ਪਿੱਛੇ ਇਸ ਕਰਕੇ ਇੱਥੇ ਹੈਗੀ ਹਾਂ ਕਿ ਸਾਰਾ ਏਰੀਆ ਉਹ ਪਰਿਵਾਰ ਹੈ, ਉਹ ਲੋਕ ਹੈ ਜਿਹੜੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਆ, ਇਹ ਦਿਹਾੜੀ ਕਰਦੇ ਆ ਜਾਂ ਮਜ਼ਦੂਰੀ ਕਰਦੇ ਆ। ਅਤੇ ਇਹ ਲੋਕ ਕਹਿੰਦੇ ਆ ਜੀ ਅਸੀਂ ਇਹਨਾਂ ਦੇ ਰਾਸ਼ਨ ਕਾਰਡ ਕੱਟਦੇ ਕਿਉਂਕਿ ਇਹਨਾਂ ਨੂੰ ਰਾਸ਼ਨ ਦੀ ਲੋੜ ਨਹੀਂ ਹੈ। ਇਹ ਦਿਖਾ ਤਾਂ ਦੇਣ, ਸਾਬਿਤ ਤਾਂ ਕਰ ਦੇਣ ਵੀ ਇਹਨਾਂ ਨੂੰ ਰਾਸ਼ਨ ਦੀ ਕਿਉਂ ਲੋੜ ਨਹੀਂ ਹੈ, ਕਿ ਇਹਨਾਂ ਦੀ ਕਾਰਾਂ ਕੋਠੀਆਂ ਹੈਗੀਆਂ ਜਾਂ ਇਹਨਾਂ ਦੇ ਕੋਈ ਬੈਂਕ ਬੈਲੈਂਸ ਹੈਗੇ ਆ ਜਾਂ ਇਹਨਾਂ ਦੇ ਨਾਮ ਜ਼ਮੀਨਾਂ ਲੱਗੀਆਂ ਹੋਈਆਂ ਹੈਗੀਆਂ। ਜਿਹੜਾ ਬੰਦਾ ਸਵੇਰੇ ਜਾਂਦਾ ਆ, ਸ਼ਾਮ ਨੂੰ ਦਿਹਾੜੀ ਕਰਕੇ ਆਉਂਦਾ ਆ, ਜਿਹਨੂੰ ਰਾਸ਼ਨ ਮਿਲ ਰਿਹਾ ਸੀਗਾ 1 ਸਾਲ ਤੋਂ ਬਗੈਰ ਕਿਸੇ ਮਤਲਬ ਤੋਂ, ਬਗੈਰ ਕਿਸੇ ਜਵਾਬਦੇਹੀ ਤੋਂ, ਉਹਦਾ ਰਾਸ਼ਨ ਇਹਨਾਂ ਨੇ ਬੰਦ ਕਰ ਦਿੱਤਾ।